ਤਿਹੋਂ ਜੀ ਇਸ ਤਰੀਕੇ ਨਾਲ ਗੋਲ ਗੱਪੇ ਖਾਣ ਦੇ ਲਈ ਬਿਲਕੁਲ ਤਿਆਰ ਹੈ। ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਇਹ ਕ੍ਰਿਸਪੀ ਬਣ ਕੇ ਤਿਆਰ ਹੋਏ ਆ। ਹੁਣ ਇਹਦੇ ਵਿੱਚ ਨਾ ਆਪਾਂ ਸਟਫਿੰਗ ਭਰਾਂਗੇ। ਜਿੰਨੀ ਕੁ ਵੀ ਤੁਸੀਂ ਭਰਨੀ ਹੈ। ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਮਿੱਠੀ ਚਟਨੀ, ਇਮਲੀ ਤੇ ਗੁੜ ਵਾਲੀ। ਤੇ ਹੁਣ ਜਿਹੜਾ ਵੀ ਪਾਣੀ ਤੁਸੀਂ ਤੁਹਾਨੂੰ ਪਸੰਦ ਹੋਇਆ ਨਾ, ਉਹ ਪਾਣੀ ਦੇ ਨਾਲ ਤੁਸੀਂ ਇੰਜੋਏ ਕਰ ਸਕਦੇ ਹੋ ਗੋਲ ਗੱਪਿਆਂ ਨੂੰ। ਦੇਖ ਸਕਦੇ ਹੋ ਕਿੰਨੇ ਵਧੀਆ ਇਹ ਚਟਪਟੇ ਗੋਲ ਗੱਪੇ ਬਣ ਕੇ ਤਿਆਰ ਹੋ ਗਏ ਖਾਣ ਦੇ ਲਈ। ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਜਿਹੜੇ ਬਹੁਤ ਹੀ ਆਸਾਨ ਤਰੀਕੇ ਨਾਲ ਗੋਲ ਗੱਪੇ ਬਣਾਵਾਂਗੇ ਤੇ ਸਾਰੇ ਗੋਲ ਗੱਪੇ ਜਿਹੜੇ ਫੁੱਲੇ ਫੁੱਲੇ ਬਣਨਗੇ ਬਹੁਤ ਹੀ ਆਸਾਨ ਤਰੀਕੇ ਨਾਲ ਸੀ ਬਣਾ ਲਵਾਂਗੇ ਤੇ ਦੋ ਤਰੀਕਿਆਂ ਦਾ ਆਪਾਂ ਜਿਹੜਾ ਪਾਣੀ ਤਿਆਰ ਕਰਾਂਗੇ ਬਹੁਤ ਹੀ ਵਧੀਆ ਜਿਹੜਾ ਟੇਸਟੀ ਜਿਹਾ ਪਾਣੀ ਤਿਆਰ ਕਰਾਂਗੇ ਬਹੁਤ ਆਸਾਨ ਤਰੀਕੇ ਨਾਲ ਤੇ ਚਲੋ ਜੀ ਫਿਰ ਇਹ ਆਪਾਂ ਗੋਲ ਗੱਪੇ ਬਣਾਉਣੇ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੇ ਆ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡੇ ਸਾਰੇ ਗੋਲ ਗੱਪੇ ਜਿਹੜੇ ਫੁੱਲੇ ਦੇ ਫੁੱਲੇ ਬਣਨੇ ਇਸ ਤਰੀਕੇ ਨਾਲ ਵਧੀਆ ਕ੍ਰਿਸਪੀ ਬਣਨ ਤਾਂ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਹਨ ਇੱ ਦੋ ਚਮਚ ਆਪਣੇ ਕੋਲੇ ਸੁੱਕਾ ਸਾਬਤ ਧਨੀਆ ਤਿੰਨ ਸੁੱਕੀਆਂ ਲਾਲ ਮਿਰਚਾਂ ਆਪਣੇ ਕੋਲੇ ਤੁਸੀਂ ਕਸ਼ਮੀਰੀ ਲਾਲ ਮਿਰਚਾਂ ਵੀ ਵਰਤ ਸਕਦੇ ਹੋ ਸੁੱਕੀਆਂ ਉਹ ਘਾ ਟਕੌੜੀਆਂ ਹੁੰਦੀਆਂ ਜਾਂ ਫਿਰ ਤੁਸੀਂ ਇਹਨਾਂ ਦੇ ਬੀਜ ਕੱਢ ਸਕਦੇ ਹੋ ਜੇ ਜ਼ਿਆਦਾ ਕੌੜਾ ਮਸਾਲਾ ਨਾ ਬਣਾਉਣਾ ਹੋਇਆ ਯਾਨੀ ਕਿ ਮਿਰਚਾਂ ਜ਼ਿਆਦਾ ਨਾ ਰੱਖਣੀਆਂ ਹੋਈਆਂ ਹੁਣ ਬਿਲਕੁਲ ਹਲਕੀ ਜੀ ਫਲੇਮ ਤੇ ਆਪਾਂ ਇਹਨਾਂ ਨੂੰ ਰੋਸਟ ਕਰ ਲਾਂਗੇ ਮਸਾਲਿਆਂ ਨੂੰ ਵਧੀਆ ਇਹ ਸਾਰੇ ਮਸਾਲਿਆਂ ਨੂੰ ਜੀ ਇਸ ਤਰੀਕੇ ਨਾਲ ਰੋਸਟ ਕਰ ਲਿਆ ਆਪਾਂ ਜਿਆਦਾ ਨਹੀਂ ਆਪਾਂ ਰੋਸਟ ਕਰਾਂਗੇ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਠੰਡਾ ਕਰਕੇ ਨਾ ਆਪਾਂ ਜਾਂ ਤਾਂ ਮਿਕਸੀ ਦੇ ਵਿੱਚ ਬਿਲਕੁਲ ਦਰਦਰਾ ਜਿਹਾ ਪੀਸ ਲੈਣਾਗਾ ਵੀ ਬਰੀਕ ਪਾਊਡਰ ਨਹੀਂ ਬਣਾਉਣਾ ਤੇ ਜਾਂ ਤੁਸੀਂ ਕੁੰਡੇ ਜਿ ਮਿਕਸ ਕਰ ਲਿਓ ਤੇ ਹੁਣ ਜੀ ਸਭ ਤੋਂ ਪਹਿਲਾਂ ਨਾ ਮਿਕਸੀ ਵਾਲੇ ਜੱਗ ਦੇ ਵਿੱਚ ਆਪਾਂ ਧਨੀਆ ਐਡ ਕਰਾਂਗੇ ਇਹ ਫਰੈਸ਼ ਧਨੀਆ ਆਪਣੇ ਕੋਲ ਇਹਨੂੰ ਚੰਗੀ ਤਰੀਕੇ ਨਾਲ ਆਪਾਂ ਧੋ ਲਿਆ ਹੁਣ ਪਦੀਨਾ ਐਡ ਕਰਾਂਗੇ ਇਹਦੇ ਵਿੱਚ ਥੋੜਾ ਜਿਹਾ ਇਹ ਵੀ ਬਿਲਕੁਲ ਫਰੈਸ਼ ਇਹਨੂੰ ਵੀ ਚੰਗੇ ਤਰੀਕੇ ਨਾਲ ਸਾਫ਼ ਕਰ ਲਿਆ ਧੋ ਲਿਆ ਹੁਣ ਅਦਰਕ ਐਡ ਕਰਾਂਗੇ ਇਹਦੇ ਵਿੱਚ ਆਪਾਂ ਤਿੰਨ ਹਰੀਆਂ ਮਿਰਚਾਂ ਐਡ ਕਰਾਂਗੇ ਬਿਲਕੁਲ ਥੋੜਾ ਜਿਹਾ ਪਾਣੀ ਨਾਮਕ ਕੋਈ ਹੋਰ ਮਸਾਲਾ ਆਪਾਂ ਬਿਲਕੁਲ ਇਹਦੇ ਵਿੱਚ ਐਡ ਨਹੀਂ ਕਰਨਾ ਤੁਸੀਂ ਚਾਹੋ ਤਾਂ ਥੋੜਾ ਜਿਹਾ ਨਿੰਬੂ ਦਾ ਜੂਸ ਐਡ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਇਸ ਤਰੀਕੇ ਨਾਲ ਜੀ ਚਟਨੀ ਹੈ ਜਿਹੜੀ ਆਪਾਂ ਬਣਾ ਲਈ ਇਹ ਅੱਧੀ ਚਟਨੀ ਨਾਲ ਆਪਾਂ ਇੱਕ ਕੌਲੀ 'ਚ ਕੱਢ ਕੇ ਰੱਖਾਂਗੇ ਜਿਹੜੀ ਅੱਧੀ ਚਟਨੀ ਰਹਿ ਗਈ ਨਾ ਇਦੇ ਵਿੱਚ ਆਪਾਂ ਲਸਣ ਐਡ ਕਰਾਂਗੇ ਥੋੜਾ ਜਿਹਾ ਲਸਣ ਦੇ ਫਲੇਵਰ ਵਾਲਾ ਪਾਣੀ ਬਣਾਵਾਂਗੇ ਤਿੰਨ ਕਲੀਆਂ ਵਿੱਚ ਲਸਣ ਦੀ ਐਡ ਕਰ ਦੋਗੀ ਇਹ ਤੀਨੂੰ ਮਿਕਸ ਕਰ ਲਾਂਗੇ ਤੇ ਇਸ ਤਰੀਕੇ ਨਾਲ ਜੀ ਆਪਾਂ ਲਸਣ ਵਾਲੀ ਛਟਣੀ ਵੀ ਬਣਾ ਲਈ ਹੈ ਇਹ ਛਟਣੀ ਨੂੰ ਬਣਾ ਕੇ ਆਪਾਂ ਇੱਕ ਸਾਈਡ ਤੇ ਰੱਖ ਦਿੰਨੇ ਆ ਬਾਅਦ ਚ ਆਪਾਂ ਪਾਣੀ ਜਿਹੜਾ ਉਹ ਤਿਆਰ ਕਰਦੇ ਆ ਤੇ ਇੱਥੇ ਜੀ ਆਪਾਂ ਦੋ ਤਰ੍ਹਾਂ ਦਾ ਪਾਣੀ ਤਿਆਰ ਕਰਕੇ ਰੱਖਿਆ ਇਹ ਆਪਣੇ ਕੋਲ ਇਮਲੀ ਵਾਲਾ ਪਾਣੀ ਹੈ ਯਾਨੀ ਕਿ ਇਮਲੀ ਨੂੰ ਆਪਾਂ ਥੋੜਾ ਜਿਹਾ ਪਕਾ ਕੇ ਨਾ ਪਾਣੀ ਚ ਤੇ ਫਿਰ ਇਸ ਤਰੀਕੇ ਨਾਲ ਜਿਹੜਾ ਪਾਣੀ ਤਿਆਰ ਕਰ ਲੈ ਇਮਲੀ ਦਾ ਇਹ ਆਪਣੇ ਕੋਲੇ ਗੋੜ ਵਾਲਾ ਪਾਣੀ ਹੈ ਗੋੜ ਨੂੰ ਵੀ ਆਪਾਂ ਪਕਾ ਕੇ ਤਿਆਰ ਕਰ ਲਿਆ ਸੀ। ਇਮਲੀ ਦਾ ਪਾਣੀ ਹੈ ਜਿਹੜਾ ਤੁਸੀਂ ਕੱਚਾ ਨਾ ਵਰਤਿਓ ਫਿਰ ਉਹਦੇ ਨਾਲ ਗਲਾ ਖਰਾਬ ਹੋ ਜਾਂਦਾ ਤੁਸੀਂ ਪਕਾ ਲਿਓ ਥੋੜਾ ਜਿਹਾ ਇਮਲੀ ਨੂੰ। ਤੇ ਇੱਥੇ ਜੀ ਆਪਾਂ ਇੱਕ ਡੋਂਗਾ ਲਵਾਂਗੇ। ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਆਪਾਂ ਇਹ ਇਮਲੀ ਵਾਲਾ ਪਾਣੀ ਹੈ ਜਿਹੜਾ ਉਹ ਐਡ ਕਰ ਦਿਆਂਗੇ। ਤੇ ਹੁਣ ਜੀ ਆਪਾਂ ਇਹਦੇ ਵਿੱਚ ਗੋੜ ਵਾਲਾ ਪਾਣੀ ਐਡ ਕਰਾਂਗੇ। ਇਹਨਾਂ ਦੋਨਾਂ ਨੂੰ ਆਪਾਂ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਪਹਿਲਾਂ। ਆਪਾਂ ਦੋ ਤਰ੍ਹਾਂ ਦਾ ਪਾਣੀ ਤਿਆਰ ਕਰਾਂਗੇ। ਤੇ ਹੁਣ ਆਪਾਂ ਇਹਨੂੰ ਦੋ ਹਿੱਸਿਆਂ 'ਚ ਵੰਡ ਲਾਂਗੇ ਇਸ ਪਾਣੀ ਨੂੰ ਇੱਕ ਨੂੰ ਆਡ ਡੋਂਗੇ ਚਖਾਡ ਲੈਣੇ ਆ ਅੱਧਾ ਪਾਣੀ ਹੈ ਜਿਹੜਾ ਆਪਏ ਸਡੋਂਗੇ ਚਖਾਡ ਲੈਣੇ ਆ ਇਹ ਇਮਲੀ ਤੇ ਗੋੜਾ ਵਾਲਾ ਤੇ ਹੁਣ ਜੀ ਇੱਕ ਪਾਣੀ ਦੇ ਵਿੱਚ ਆਪਾਂ ਇਹ ਲਸਣ ਵਾਲੀ ਚਟਨੀ ਐਡ ਕਰਾਂਗੇ ਯਾਨੀ ਕਿ ਲਸਣ ਦੇ ਟੇਸਟ ਵਾਲਾ ਪਾਣੀ ਤਿਆਰ ਕਰਾਂਗੇ ਆਪਾਂ ਥੋੜੀ ਜਿਹੀ ਚਟਨੀ ਆਪਾਂ ਬਚਾ ਕੇ ਰੱਖਾਂਗੇ ਕਿਉਂਕਿ ਬਾਅਦ ਵਿੱਚ ਵੀ ਆਪਾਂ ਨੂੰ ਜ਼ਰੂਰਤ ਪਾਊਗੀ ਤੇ ਇਹਦੇ ਵਿੱਚ ਆਪਾਂ ਬਿਨਾਂ ਲਸਣ ਤੋਂ ਆ ਜਿਹੜੀ ਇਹ ਚਟਨੀ ਐਡ ਕਰ ਦਾਂਗੇ ਯਾਨੀ ਕਿ ਬਿਨਾ ਲਸਣ ਤੋਂ ਆਪਾਂ ਇਹ ਪਾਣੀ ਬਣਾਵਾਂਗੇ ਤੇ ਹੁਣ ਜੀ ਚਟਨੀ ਨੂੰ ਆਪਾਂ ਮਿਕਸ ਕਰ ਦਿਆਂਗੇ ਪਾਣੀ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਪਾਣੀ ਬਣੂਗਾ ਇਹ ਦੋਨੇ ਤਰ੍ਹਾਂ ਦਾ ਤੇ ਬਾਜ਼ਾਰ ਦੇ ਵਿੱਚੋਂ ਨਾ ਇਸ ਤਰੀਕੇ ਦਾ ਇਸ ਫਲੇਵਰ ਦਾ ਪਾਣੀ ਆਸਾਨੀ ਨਾਲ ਬਿਲਕੁਲ ਨਹੀਂ ਮਿਲਦਾ ਲਓ ਜੀ ਹੁਣ ਮਿਕਸ ਕਰ ਲੈਣਾ ਨੂੰ ਤੇ ਹੁਣ ਜੀ ਇਹ ਮਸਾਲਾ ਇਸ ਤਰੀਕੇ ਨਾਲ ਆਪਾਂ ਤਿਆਰ ਕਰ ਲਿਆ ਜੀ ਦਰਦਰਾ ਜੀ ਹੁਣ ਆਪਾਂ ਇਹਦੇ ਵਿੱਚ ਇਹ ਐਡ ਕਰਾਂਗੇ 1.5 1.5 ਚਮਚਾ ਜਿਹੜਾ ਆਪਾਂ ਦੋਨੇ ਤਰ੍ਹਾਂ ਦੇ ਪਾਣੀ 'ਚ ਇਹ ਮਸਾਲਾ ਐਡ ਕਰ ਦੇਾਂਗੇ ਤੇ ਹੁਣ ਜੀ ਇਹਦੇ ਵਿੱਚ ਹੋਰ ਮਸਾਲੇ ਐਡ ਕਰਾਂਗੇ ਜਿਦੇ ਵਿੱਚ ਮੇਰੇ ਕੋਲੇ ਹੈਗੀਆਂ ਕਾਲੀਆਂ ਮਿਰਚਾਂ ਚਾਟ ਮਸਾਲਾ ਕਾਲਾ ਨਮਕ ਭੁੰਨੇ ਹੋਏ ਜੀਰੇ ਦਾ ਪਾਊਡਰ ਤੇ ਇਹ ਹੈਗਾ ਚਿੱਟਾ ਨਮਕ ਇਹ ਥੋੜਾ ਥੋੜਾ ਐਡ ਕਰ ਦੇਾਂਗੇ ਸਵਾਦ ਅਨੁਸਾਰ ਇਹਦੇ ਵਿੱਚ ਆਪਾਂ ਦੋਨੇ ਤਰ੍ਹਾਂ ਦੇ ਪਾਣੀ 'ਚ ਅੱਧਾ ਮੈਂ ਇਹਦੇ ਚ ਐਡ ਕਰ ਦੂੰ ਲਸਣ ਵਾਲੇ ਪਾਣੀ 'ਚ ਤੇ ਅੱਧਾ ਆਪਾਂ ਦੂਜੇ ਪਾਣੀ 'ਚ ਐਡ ਕਰ ਦੇਾਂਗੇ ਨਾਮਕ ਤੁਸੀਂ ਆਪਣੇ ਸਵਾਦ ਅਨੁਸਾਰ ਰੱਖਿਓ ਵੀ ਅੱਗੇ ਜਾ ਕੇ ਤੁਸੀਂ ਕਿੰਨਾ ਕੁ ਪਾਣੀ ਇਹ ਤਿਆਰ ਕਰਨਾ ਹੈ ਕਿੰਨੀ ਕੁ ਮਾਤਰਾ ਚ ਤੇ ਹੁਣ ਜਿਹੜੇ ਬਾਕੀ ਮਸਾਲੇ ਰਹਿ ਗਏ ਇਹ ਆਪਾਂ ਇਸ ਪਾਣੀ ਚ ਐਡ ਕਰ ਦੇਾਂਗੇ ਤੇ ਹੁਣ ਜੀ ਮਸਾਲਿਆਂ ਨੂੰ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਦੇਾਂਗੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਤੇ ਲਸਣ ਵਾਲੇ ਪਾਣੀ ਨੂੰ ਵੀ ਆਪਾਂ ਮਿਕਸ ਕਰ ਦੇਾਂਗੇ ਮਸਾਲਿਆਂ ਨੂੰ ਇਹਦੇ ਨਾਲ ਇਹ ਹੁਣ ਜੀ ਇਹਨਾਂ ਦੇ ਵਿੱਚ ਠੰਡਾ ਪਾਣੀ ਐਡ ਕਰਾਂਗੇ ਆਪਾਂ ਵੀ ਜਿੰਨਾ ਜਿੰਨਾ ਆਪਾਂ ਪਾਣੀ ਬਣਾਉਣਾ ਹੈ ਜਿੰਨਾ ਗਾੜਾ ਰੱਖਣਾ ਪਾਣੀ ਇਹ ਲਸਣ ਵਾਲਾ ਪਾਣੀ ਹੈ ਆਪਣੇ ਕੋਲੇ ਤੇ ਇਹ ਬਿਨਾਂ ਲਸਣ ਤੋਂ ਹੈ ਮੈਂ ਅਲੱਗ-ਅਲੱਗ ਡੌਂਗਿਆਂ ਦੇ ਵਿੱਚ ਪਾਣੀ ਬਣਾਇਆ ਵੀ ਆਪਾਂ ਨੂੰ ਯਾਦ ਰਹੇ ਵੀ ਕਿਹੜਾ ਕਿਹੜੇ ਫਲੇਵਰ ਵਾਲਾ ਪਾਣੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦੇਾਂਗੇ ਤੇ ਹੁਣ ਜੀ ਜਿਹੜਾ ਬਿਨਾਂ ਲਸਣ ਤੋਂ ਪਾਣੀ ਸੀਗਾ ਨਾ ਇਹਦੇ ਵਿੱਚ ਆਪਾਂ ਬੂਨਦੀ ਐਡ ਕਰਾਂਗੇ ਜਿਹੜਾ ਲਸਣ ਵਾਲਾ ਪਾਣੀ ਹੈ ਜੀ ਉਹਦੇ ਵਿੱਚ ਆਪਾਂ ਪਿਆਜ਼ ਐਡ ਕਰਾਂਗੇ ਤੇ ਪਾਣੀ ਹੈ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਲਸਣ ਪਿਆਜ਼ ਵਾਲਾ ਤੇ ਇਧਰ ਬਿਨਾ ਲਸਣ ਦੇ ਪਿਆਜ਼ ਤੋਂ ਇਹ ਪਾਣੀ ਆਪਾਂ ਬਣਾ ਲਿਆ ਤੇ ਸਭ ਤੋਂ ਪਹਿਲਾਂ ਜੀ ਆਪਾਂ ਨਾ ਥਾਲ ਦੇ ਵਿੱਚ ਸੂਜੀ ਐਡ ਕਰਾਂਗੇ ਕੋਈ ਵੀ ਖੁੱਲਾ ਬਰਤਨ ਚਾਹੀਦਾ ਆਪਾਂ ਨੂੰ ਮੈਂ ਅੰਦਾਜ਼ੇ ਨੇ ਐਡ ਕਰੂੰਗੀ ਇਹ ਦੋ ਕਕੌਲੀਆਂ ਤੇ ਸੂਜੀ ਨਾ ਤੁਸੀਂ ਮੋਟੀ ਵੀ ਵਰਤ ਸਕਦੇ ਹੋ ਬਰੀਕ ਵੀ ਵਰਤ ਸਕਦੇ ਹੋ ਮੈਂ ਬਿਲਕੁਲ ਇਹਨੂੰ ਮਿਕਸੀ 'ਚ ਬਰੀਕ ਨਹੀਂ ਕੀਤਾ ਜਿਵੇਂ ਸੀਗੀ ਨਾ ਸੂਜੀ ਓਵੇਂ ਵਰਤਿਆ ਇਹਨੂੰ ਇਸ ਤਰ੍ਹਾਂ ਜੀ ਮੋਟੀ ਸੂਜੀ ਦੇ ਨਾਲ ਵੀ ਬਹੁਤ ਵਧੀਆ ਗੋਲ ਗੱਪੇ ਬਣਨਗੇ ਮੈਂ ਤੁਹਾਨੂੰ ਜ਼ਰੂਰੀ ਜ਼ਰੂਰੀ ਗੱਲਾਂ ਦੱਸੂਗੀ ਵੀ ਜਦੋਂ ਤੁਸੀਂ ਇਹ ਗੋਲ ਗੱਪੇ ਬਣਾਓਗੇ ਨਾ ਬਿਲਕੁਲ ਪਰਫੈਕਟ ਬਣਨਗੇ ਸਾਰੇ ਖੁਰਖਰੇ ਬਣਨਗੇ ਤੇ ਸਾਰੇ ਫੁੱਲਣਗੇ ਗੋਲ ਗੱਪੇ ਇਸ ਕਰਕੇ ਤੁਸੀਂ ਸਾਰਾ ਧਿਆਨ ਨਾਲ ਦੇਖਿਓ ਵੀ ਆਪਾਂ ਆਟੇ ਨੂੰ ਕਿਸ ਤਰੀਕੇ ਨਾਲ ਤਿਆਰ ਕਰਦੇ ਹਾਂ ਤੇ ਕਿਹੜਾ ਕਿਹੜਾ ਆਪਾਂ ਇਹਦੇ ਵਿੱਚ ਸਮਾਨ ਐਡ ਕਰਦੇ ਹਾਂ ਤੇ ਇਹ ਹੈਗਾ ਜੀ ਆਪਣੇ ਕੋਲੇ ਰਿਫਾਇੰਡ ਤੇਲ ਦੋ ਕੌਲੀਆਂ ਸੂਜੀ ਦੇ ਵਿੱਚ ਆਪਾਂ ਕੌਲੀ ਦਾ ਚੌਥਾ ਇਹ ਸੈਡ ਕਰਾਂਗੇ ਤੇ ਪੂਰਾ ਫੁੱਲ ਗਰਮ ਕਰ ਲੈਣਾ ਇਹਨੂੰ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਤੁਸੀਂ ਜਿਹੜਾ ਰਿ ਕੋ ਗਰਮੀ ਐਡ ਕਰਨਾ ਹੈ ਇਹਦੇ ਵਿੱਚ ਤੇ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਨੂੰ ਮਿਕਸ ਕਰਾਂਗੇ ਤੇ ਹੁਣ ਜੀ ਇਸ ਤਰੀਕੇ ਦਾ ਦੇਖੋ ਬਿਲਕੁਲ ਟੈਕਸਚਰ ਹੋਣਾ ਚਾਹੀਦਾ ਸੂਜੀ ਦਾ ਤੇ ਹੁਣ ਗਰਮ ਪਾਣੀ ਨਾਲ ਹੀ ਆਪਾਂ ਸੂਜੀ ਨੂੰ ਤਿਆਰ ਕਰਨਾ ਤੇ ਇਹ ਗਰਮ ਪਾਣੀ ਹੈ ਆਪਣੇ ਕੋਲੇ ਤੇ ਇਹ ਐਡ ਕਰਕੇ ਨਾ ਬਿਲਕੁਲ ਨਰਮ ਸੂਜੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਬਿਲਕੁਲ ਨਾ ਘਬਰਾਇਓ ਵੀ ਜਿਹੜੀ ਇਹ ਸੂਜੀ ਆ ਖਰਾਬ ਹੋ ਜੂ ਜੇ ਗੋਲ ਗੱਪੇ ਬਣਾਉਣੇ ਨਹੀਂ ਸੂਜੀ ਨਾਲ ਪਾਣੀ ਬਹੁਤ ਭਿੰਦੀ ਆ ਤੇ ਬਿਲਕੁਲ ਨਰਮ ਆਟਾ ਬਣਾ ਕੇ ਤਿਆਰ ਕਰਨਾ ਆਪਾਂ ਇਹਦਾ ਇਸ ਤਰੀਕੇ ਨਾਲ ਵਧੀਆ ਨਾ ਆਪਾਂ ਇਹਨੂੰ ਗੁੰਨ ਕੇ ਤਿਆਰ ਕਰਾਂਗੇ ਕਿਸੇ ਵੀ ਖੁੱਲੇ ਭਰਤਨ ਦੇ ਵਿੱਚ ਤਿਆਰ ਕਰਿਓ ਤੁਸੀਂ ਹੋਰ ਪਾਣੀ ਐਡ ਕਰਾਂਗੇ ਅੱਜ ਆਪਾਂ ਦੇਖੋ ਸਾਖਤ ਹੋ ਗਈ ਨਾਲੇ ਆਪਾਂ ਪਾਣੀ ਕਿੰਨਾ ਜ਼ਿਆਦਾ ਐਡ ਕੀਤਾ ਸੀ ਇਹਦੇ ਵਿੱਚ ਤੇ ਦੇਖੋ ਜੀ ਇੰਨੀ ਨਰਮ ਆ ਸੂਜੀ ਤੁਸੀਂ ਦੇਖ ਸਕਦੇ ਹੋ ਜਿਆਦਾ ਸਾਖ ਨਹੀਂ ਰੱਖਿਆ ਆਪਾਂ ਇਹਨੂੰ ਤੇ ਹੁਣ ਇਹਨੂੰ ਇਸ ਤਰੀਕੇ ਨਾਲ ਆ ਜਿਹੜਾ ਆਪਾਂ ਤਿਆਰ ਕਰਨਾ 15 16 ਵਾਰੀ ਨਾ ਤੁਸੀਂ ਇਸ ਤਰੀਕੇ ਨਾਲ ਆ ਜਿਹੜਾ ਇਹਨੂੰ ਫਟਖਾ ਕੇ ਥਾਲ ਦੇ ਵਿੱਚ ਇਸ ਤਰੀਕੇ ਨਾਲ ਹੀ ਬਣਾਉਣਾਗਾ ਇਹ ਬਹੁਤ ਜ਼ਰੂਰੀ ਟਿਪਸ ਹੈ ਦੇ ਵਿੱਚ ਦੋ ਤਿੰਨ ਜਿਹੜੇ ਮੈਂ ਤੁਹਾਨੂੰ ਦੱਸੇ ਆ ਵੀ ਇੱਕ ਤਾਂ ਤੇਲ ਗਰਮ ਹੋਵੇ ਪਾਣੀ ਗਰਮ ਹੋਵੇ ਤੇ ਆਟਾ ਜਿਹੜਾ ਉਹ ਨਰਮ ਰੱਖਿਓ ਤੇ ਇਸ ਤਰੀਕੇ ਨਾਲ ਤਿਆਰ ਕਰਿਓ ਫਿਰ ਤੁਸੀਂ ਸੂਜੀ ਨੂੰ ਤੇ ਫਿਰ ਤੁਹਾਨੂੰ ਨਾ ਸੂਜੀ ਨੂੰ ਰੈਸਟ ਕਰਨ ਵਾਸਤੇ ਰੱਖਣ ਦੀ ਬਿਲਕੁਲ ਜ਼ਰੂਰਤ ਨਹੀਂ ਇਜਾ ਇੱਕ ਘੰਟਾ ਜਾਂ ਅੱਧਾ ਘੰਟਾ ਜਮਾਨੀ ਤੁਸੀਂ ਨਾਲ ਦੀ ਨਾਲ ਸੂਜੀ ਤਿਆਰ ਕਰਿਓ ਜਦੋਂ ਮਨ ਕਰੇ ਗੋਲ ਗੱਫੇ ਫਿਰ ਤੁਸੀਂ ਬਣਾ ਕੇ ਖਾਓ ਤੇ ਇਸ ਤਰੀਕੇ ਨਾਲ ਜੀ ਸੂਜੀ ਹੈ ਜਿਹੜੀ ਗੋਲ ਗੱਫੇ ਬਣਾਉਣ ਦੇ ਲਈ ਬਿਲਕੁਲ ਤਿਆਰ ਹੈ ਤੇ ਆਪਾਂ ਨੇ ਇਹਨੂੰ ਦੋ ਹਿੱਸਿਆਂ 'ਚ ਵੰਡ ਲਾਂਗੇ ਇਸ ਤਰੀਕੇ ਨਾਲ ਜਿਹੜੀ ਅੱਧੀ ਸੂਜੀ ਰਹਿ ਗਈ ਨਾ ਇਹਨੂੰ ਗਿੱਲੇ ਪਾਉਣੇ ਨਾਲ ਢਾਕ ਦਿਆਂਗੇ ਆਪਾਂ ਤੇ ਇਹਦੇ ਆਪਾਂ ਬਣਾ ਲਾਂਗੇ ਪੇੜੇ ਇਸ ਤਰੀਕੇ ਨਾਲ ਛੋਟੇ ਛੋਟੇ ਪੇੜੇ ਆ ਜਿਹੜੇ ਆਪਾਂ ਤੋੜ ਕੇ ਰੱਖ ਲਾਂਗੇ ਵੀ ਜਿੰਨੇ ਜਿੰਨੇ ਸਾਈਜ਼ ਦੇ ਗੋਲ ਗੱਫੇ ਬਣਾਉਣੇ ਆ ਚਾਹੇ ਤੁਸੀਂ ਲੰਬੇ ਗੋਲ ਗੱਪੇ ਬਣਾ ਲਿਓ ਬਾਜ਼ਾਰ 'ਚ ਦੇਖਿਆ ਹੋਊਗਾ ਸੂਜੀ ਆ ਦੇ ਲੰਬੇ ਹੁੰਦੇ ਆ ਗੋਲ ਗੱਪੇ ਤੇ ਚਾਹੀ ਤੁਸੀਂ ਗੋਲ ਬਣਾ ਲਿਓ ਤੇ ਹੁਣ ਜੀ ਇਹਨਾਂ ਨੂੰ ਇਸ ਤਰੀਕੇ ਨਾਲ ਨਾ ਗੋਲ ਬਣਾ ਲਾਂਗੇ ਆਪਾਂ ਸਾਰਿਆਂ ਨੂੰ ਬਹੁਤ ਹੀ ਆਸਾਨੀ ਨਾਲ ਨਾਲ ਦੀ ਨਾਲ ਸੂਜੀ ਨੂੰ ਤਿਆਰ ਕਰਕੇ ਨਾ ਗੋਲ ਗੱਪੇ ਫਰਾਈ ਕਰ ਲਾਂਗੇ ਤੇ ਇਸ ਤਰੀਕੇ ਨਾਲ ਜੀ ਇੱਕ ਪੇੜਾ ਜਿਹੜਾ ਆਪਾਂ ਚਾ ਅਗਲੇ ਤੇ ਰੱਖਾਂਗੇ ਤੇ ਨਾਲ ਦੀ ਨਾਲ ਆਪਾਂ ਇੱਕ ਇੱਕ ਗੋਲ ਗੱਪਾ ਵੇਲ ਕੇ ਜਿਹੜਾ ਤੇਲ ਦੇ ਵਿੱਚ ਛੱਡਾਂਗੇ ਤੇ ਮੈਂ ਨਾ ਗੋਲੇ ਬਣਾਉਂਗੀ ਇਹਨਾਂ ਨੂੰ ਇਸ ਤਰੀਕੇ ਨਾਲ ਵੇਲ ਲਓ ਤੁਸੀਂ ਥੋੜਾ ਜਿਹਾ بس ਜਿੰਨੇ ਕ साइज ਦਾ ਤੁਸੀਂ ਗੋਲ ਗੱਪਾ ਬਣਾਉਣਾ ਹੋਇਆ ਲਓ ਜੀ ਬਿਲਕੁਲ ਤਿਆਰ ਹੈ ਤੇ ਹਾਂ ਜੀ ਇਸ ਤਰੀਕੇ ਨਾਲ ਗਰਮ ਤੇਲ ਦੇ ਵਿੱਚ ਜਿਹੜਾ ਆਪਾਂ ਗੋਲ ਗੱਪੇ ਨੂੰ ਛੱਡ ਦੇਾਂਗੇ ਇਹ ਆਪਣੇ ਆਪ ਫੁੱਲਣਗੇ ਬਸ ਤੁਸੀਂ ਵੇਲ ਵੇਲ ਕੇ ਤੇਲ 'ਚ ਛੱਡਨੇ ਆਂਗੇ ਤੇਲ ਆ ਜਿਹੜਾ ਮੀਡੀਅਮ ਫਲੇਮ ਤੇ ਗਰਮ ਹੋਣਾ ਚਾਹੀਦਾ ਦੇਖੋ ਆਪਣੇ ਆਪ ਫੁੱਲੂਗਾ ਇਹ ਆਪਣੇ ਫੁੱਲ ਗਿਆ ਤੇ ਇਹਨੂੰ ਇਸ ਤਰੀਕੇ ਨੇ ਪੱਕਣ ਦੇਵਾਂਗੇ ਆਪਾਂ ਇਹ ਨਹੀਂ ਆਪਾਂ ਪਾਲਟ ਨਹੀਂ ਤੇ ਇਸ ਤਰੀਕੇ ਨਾਲ ਜੀ ਆ ਗੋਲ ਗੱਪੇ ਬਿਲਕੁਲ ਪਿਆਰ ਹੈ ਵਧੀਆ ਇਹਨਾਂ ਦਾ ਕਲਰ ਆ ਗਿਆ ਬਹੁਤ ਵਧੀਆ ਕ੍ਰਿਸਪੀ ਬਣ ਗਏ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਣੇ ਆ ਸੇਮ ਇਸੇ ਤਰੀਕੇ ਨਾਲ ਦੂਜੇ ਵੀ ਬਣਾ ਲੈਣੇ ਆ ਇਸ ਤਰੀਕੇ ਨਾਲ ਜੀ ਗੋਲ ਗੱਪਿਆਂ ਨੂੰ ਆਪਾਂ ਮੀਡੀਅਮ ਫਲੇਮ ਤੇ ਹੈ ਜਿਹੜਾ ਵਧੀਆ 골ਡਨ ਕਰ ਲਾਂਗੇ ਇੱਕ ਸਾਈਡ ਤੋਂ ਜਦੋਂ ਇਹ ਹਲਕੇ ਜਿਹਾ ਫੁੱਲ ਗਏ ਨਾ ਪੱਕਣੇ ਸਟਾਰਟ ਹੋ ਗਏ ਉਦੋਂ ਆਪਾਂ ਇਹਦੀ ਸਾਈਡ ਚੇਂਜ ਕਰ ਦੇਾਂਗੇ ਤੇ ਉਦੋਂ ਅੱਗ ਵੀ ਥੋੜੀ ਤੁਸੀਂ ਵੱਧ ਕਰ ਦਿਓ ਜੇ ਗੈਸ ਤੇ ਬਣਾਉਗੇ ਨਾ ਚੁੱਲ੍ਹੇ ਦੇ ਤਾਂ ਅੱਗ ਦਾ ਹਿਸਾਬ ਨਹੀਂ ਹੁੰਦਾ ਇਸ ਕਰਕੇ ਮੈਂ ਮੀਡੀਅਮ ਜੀ ਰੱਖੀ ਆ ਜੀ ਇੱਥੇ ਆਲੂਆਂ ਨੂੰ ਉਬਾਲ ਕੇ ਨਾ ਇਸ ਤਰੀਕੇ ਨਾਲ ਕੱਟ ਲਿਆ ਸੀ ਆਪਾਂ ਆਲੂ ਬਿਲਕੁਕੁਲ ਠੰਡੇ ਆ ਇਹਦੇ ਵਿੱਚ ਨਾ ਹੁਣ ਆਪਾਂ ਪਿਆਜ਼ ਐਡ ਕਰਾਂਗੇ ਪਿਆਜ਼ ਆ ਜਿਹੜਾ ਆਪਾਂ ਬਚਾ ਕੇ ਰੱਖ ਲਿਆ ਸੀਗਾ ਹੋਣ ਇਹਦੇ ਵਿੱਚ ਇਹ ਕਾਲੇ ਜਿੰਨੇ ਮੈਂ ਵਾਲ ਲੈ ਸੀਗਾ ਤੁਸੀਂ ਭਾਵੇਂ ਵੀ ਰੱਖ ਸਕਦੇ ਹੋ ਜਿੰਨੇ ਕਾਲੂ ਹੋਏ ਨਾ ਉਸ ਤੋਂ ਅੱਧੇ ਐਡ ਕਰ ਦਿਓ ਹਰੀ ਚਟਨੀ ਐਡ ਕਰ ਦਿਆਂਗੇ ਤੁਸੀਂ ਚਾਹੇ ਲਸਣ ਵਾਲੀ ਐਡ ਕਰ ਲਓ ਚਾਹੇ ਬਿਨਾ ਲਸਣ ਤੋਂ ਐਡ ਕਰ ਲਓ ਜਿਹੜਾ ਵੀ ਤੁਹਾਨੂੰ ਫਲੇਵਰ ਪਸੰਦ ਹੋਇਆ ਥੋੜੀਆਂ ਜੀਆਂ ਲਾਲ ਮਿਰਚਾਂ ਥੋੜਾ ਜਿਹਾ ਝਾੜ ਮਸਾਲਾ ਬਿਲਕੁਲ ਥੋੜਾ ਜਿਹਾ ਨਮਕ ਤੇ ਆਪਣੇ ਕੋਲੇ ਹੈਗੀ ਇਮਲੀ ਦੀ ਚਟਨੀ ਕੋਲ ਤੇ ਇਮਲੀ ਦੀ ਚਟਨੀ ਹੈ ਪਹਿਲਾਂ ਤਿਆਰ ਕੀਤੀ ਸੀ ਇਹ ਇੱਕ ਚਮਚਾ ਐਡ ਕਰ ਦੇਾਂਗੇ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਬਹੁਤ ਹੀ ਵਧੀਆ ਇਹ ਗੋਲ ਗੱਪਿਆਂ ਦੇ ਲਈ ਨਾ ਚਟਪਟੀ ਜਿਹੀ ਜਿਹੜੀ ਸਟਫਿੰਗ ਬਣ ਕੇ ਤਿਆਰ ਹੋ ਜਾਊਗੀ ਤੇ ਹੁਣ ਜੀ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਤੇ ਹਲਕਾ ਜਿਹਾ ਨਾ ਆਲੂਆਂ ਨੂੰ ਆਪਾਂ ਮੈਸ਼ ਕਰਦੇ ਹਾਂਗੇ ਚਾਹੇ ਮੈਸ਼ਰ ਦੀ ਮਦਦ ਨਾਲ ਮੈਸ਼ ਕਰਦੇ ਹੋ ਨਾਲ ਥੋੜਾ ਜਿਹਾ ਤੁਸੀਂ ਨਾ ਕਾਲੇ ਛੋਲੇਆਂ ਨੂੰ ਮੈਸ਼ ਕਰਦੇ ਹੋ ਵਧੀਆ ਲੱਗੂ ਇਸ ਤਰੀਕੇ ਨਾਲ ਤੇ ਹੁਣ ਜੀ ਇਹਦੇ ਵਿੱਚ ਫਰੈਸ਼ ਆਰਾ ਧਨੀਆ ਆਪਾਂ ਬਰੀਕ ਕੱਟ ਕੇ ਐਡ ਕਰ ਦੇਾਂਗੇ ਤੈ ਲਓ ਜੀ ਬਿਲਕੁਲ ਇਹ ਤਿਆਰ ਹੋ ਗਈ ਹੈ ਗੋਲ ਗੱਫੇ ਵਾਲੀ ਸਟਫਿੰਗ ਬਹੁਤ ਹੀ ਵਧੀਆ ਛਟਪਟੀ ਜੀ ਹੁਣ ਆਪਾਂ ਗੋਲ ਗੱਫੇ ਜਿਹੜੇ ਸਰਵ ਕਰ ਲੈਨੇ ਆਪਾਂ ਪਾਣੀ ਵੀ ਬਣਾ ਲਿਆ ਤੇ ਗੋਲ ਗੱਫੇ ਵੀ ਫਰਾਈ ਕਰ ਲਏ ਆ ਤੇ ਹੁਣ ਜੀ ਇਸ ਤਰੀਕੇ ਨਾਲ ਗੋਲ ਗੱਫੇ ਖਾਣ ਦੇ ਲਈ ਬਿਲਕੁਲ ਤਿਆਰ ਆ ਸੀ ਦੇਖ ਸਕਦੇ ਹੋ ਕਿੰਨੇ ਵਧੀਆ ਇਹ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਹੁਣ ਇਹਦੇ ਵਿੱਚ ਨਾ ਆਪਾਂ ਸਟਫਿੰਗ ਭਰਾਂਗੇ ਜਿੰਨੀ ਕੁ ਵੀ ਤੁਸੀਂ ਭਰਨੀ ਹੈ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਮਿੱਠੀ ਚਟਨੀ ਇਮਲੀ ਤੇ ਗੁੜ ਵਾਲੀ ਤੇ ਹੁਣ ਜਿਹੜਾ ਵੀ ਪਾਣੀ ਤੁਸੀਂ ਤੁਹਾਨੂੰ ਪਸੰਦ ਹੋਇਆ ਨਾ ਉਹ ਪਾਣੀ ਦੇ ਨਾਲ ਤੁਸੀਂ ਇੰਜੋਏ ਕਰ ਸਕਦੇ ਹੋ ਗੋਲ ਗੱਪਿਆਂ ਨੂੰ ਦੇਖ ਸਕਦੇ ਹੋ ਕਿੰਨੇ ਵਧੀਆ ਇਹ ਚਟਪਟੇ ਗੋਲ ਗੱਪੇ ਬਣ ਕੇ ਤਿਆਰ ਹੋ ਗਏ ਖਾਣ ਦੇ ਲਈ ਸਤਰੀ ਕੇਨਾਲਜੀ ਆਪਾਂ ਹਰਫ ਨੂੰ ਵੀ ਚੈੱਕ ਕਰਾਉਣੇ ਵੀ ਗੋਲ ਗੱਪੇ ਕਿਵੇਂ ਬਣੇ ਆ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਈ ਆ ਇਹ ਇਹਦੇ ਵਿੱਚ ਨਾ ਹੁਣ ਆ ਫਸਟਫਿੰਗ ਭਰ ਲਾਂਗੇ ਬੱਚਿਆਂ ਨੂੰ ਬਹੁਤ ਪਸੰਦ ਆਉਣਗੇ ਜਦੋਂ ਆਪਾਂ ਘਰ ਦੇ ਵਿੱਚ ਬਣਾਉਣੇ ਆ ਨਾ ਗੋਲ ਗੱਪੇ ਤੇ ਫਿਰ ਆਪਾਂ ਨੂੰ ਆਏ ਹੁੰਦਾ ਵੀ ਬੱਚੇ ਪੰਜ ਗੋਲ ਗੱਪਿਆਂ ਦੀ ਜਗ੍ਹਾ ਭਾਵੇਂ 10 ਖਾ ਲੈਣ ਕੋਈ ਚੱਕਰ ਨਹੀਂ ਲੈਫਰ ਪਲੇਟ ਕਰ 10 ਰੁਪਏ ਦਾ ਇੱਕ ਗੋਲ ਗੱਪਾ ਬਜਾਰ ਵਿੱਚੋਂ 10 ਰੁਪਏ ਦਾ ਇੱਕ ਮਿਲਦਾ ਜਾਂ 10 ਰੁਪਏ ਦੇ ਤਿੰਨ ਮਿਲਦੇ ਆ ਕਈ ਜਗ੍ਹਾ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀ ਤੁਹਾਡੇ ਸ਼ਹਿਰ ਦੇ ਵਿੱਚ 10 ਰੁਪਏ ਦੇ ਗੋਲ ਗੱਪੇ ਕਿੰਨੇ ਮਿਲਦੇ ਆ ਪਰ ਇਹ ਗੋਲ ਗੱਪੇ ਆ ਜਿਹੜੇ ਤੁਸੀਂ ਯਾਨੀ ਕਿ 1.5 200 ਗ੍ਰਾਮ ਸੂਜੀ ਦੇ ਨਾਲ ਨਾ 60 70 ਪੀਸ ਆ ਤਿਆਰ ਕਰ ਲਓਗੇ ਤੇ ਇਹਨਾਂ ਨੂੰ ਬਣਾ ਕੇ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਿਲਕੁਲ ਇਸ ਤਰੀਕੇ ਨਾਲ ਕ੍ਰਿਸਪੀ ਰਹਿਣਗੇ ਇਹ ਕਿਵੇਂ ਬਣਿਆ ਟੇਸਟੀ ਪੂਰੇ ਜੰਮੀ ਪੂਰੇ ਜੰਮੀ ਚਲੋ ਜੀ ਹੁਣ ਅਸੀਂ ਗੋਲ ਗੱਪੇ ਬਣਾ ਲਏ ਤੇ ਅਸੀਂ ਖਾ ਲੈਨੇ ਆ ਤੁਸੀਂ ਵੀ ਜਰੂਰ ਕਿਚਨ ਦੇ ਵਿੱਚ ਜਾਓ ਤੇ ਗੋਲ ਗੱਪਿਆਂ ਦੀ ਰੈਸਪੀ ਨੂੰ ਜਿਹੜਾ ਟਰਾਈ ਕਰਿਓ ਬਹੁਤ ਹੀ ਟੇਸਟੀ ਬਣਨਗੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਵਾਤਵਾ ਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ